ਅਮੀਰ ਖਾਸ ਦੀ ਪੁਲਿਸ ਵੱਲੋਂ ਔਰਤ ਸਣੇ ਦੋ ਵਿਅਕਤੀਆਂ ਖਿਲਾਫ ਇੱਕ ਨੌਜਵਾਨ ਨੂੰ ਜ਼ਹਿਰੀਲੀ ਚੀਜ਼ ਦੇਣ ਦਾ ਮਾਮਲਾ ਦਰਜ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਅਮੀਰ ਖਾਸ ਦੇ SHO ਅਮਰਿੰਦਰ ਸਿੰਘ ਨੇ ਦੱਸਿਆ ਕਿ ਇੱਕ ਔਰਤ ਪ੍ਰਕਾਸ਼ ਕੌਰ ਵਾਸੀ ਸ਼ੇਰ ਮੁਹੰਮਦ ਮਾਹੀਗਿਰ ਤੇ ਪਿੰਡ ਨੌ ਬਹਿਰਾਮ ਅਜਾਬਾ ਦੇ ਬਲਵਿੰਦਰ ਸਿੰਘ ਨਾਲ ਨਜਾਇਜ਼ ਸੰਬੰਧ ਸਨ। ਇਸ ਗੱਲ ਦਾ ਪਤਾ ਉਸਦੇ ਰਿਸ਼ਤੇਦਾਰੀ 'ਚ ਲੱਗੇ ਭਤੀਜੇ ਸਤਨਾਮ ਸਿੰਘ ਵਾਸੀ ਸ਼ੇਰ ਮੁਹੰਮਦ ਮਾਹੀਗਿਰ ਨੂੰ ਲੱਗ ਗਿਆ, ਜਿਸ ਤੋਂ ਬਾਅਦ ਉਕਤ ਨੌਜਵਾਨ ਆਪਣੀ ਚਾਚੀ ਨੂੰ ਇਹਨਾਂ ਨਜਾਇਜ਼ ਸੰਬੰਧਾਂ ਪ੍ਰਤੀ ਰੋਕਦਾ ਸੀ। ਇਸ ਦੇ ਤਹਿਤ ਔਰਤ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਨਜਾਇਜ਼ ਸੰਬੰਧਾਂ ਦੇ ਰਾਹ ਦਾ ਰੋੜਾ ਬੰਨਣ ਵਾਲੇ ਨੌਜਵਾਨ ਨੂੰ ਖਾਣੇ 'ਚ ਜ਼ਹਿਰੀਲੀ ਚੀਜ਼ ਪਾ ਕੇ ਉਸਦੇ ਸਰੀਰ ਨੂੰ ਨਕਾਰਾ ਬਣਾਉਣ ਦੀ ਕੋਸ਼ਿਸ਼ ਕੀਤੀ। ਲੇਡੀ ਦਾ ਨਾਮ ਹੈ ਕੈਲਾਸ਼ ਰਾਣੀ, ਪਤਨੀ ਪਿਆਰਾ ਸਿੰਘ, ਵਾਸੀ ਸ਼ੇਰ ਮੁਹੰਮਦ ਦੇ। ਇਹਨੇ ਆਪਣੇ ਰਿਸ਼ਤੇਦਾਰੀ 'ਚ ਇਹਦਾ ਭਤੀਜਾ ਲੱਗਦਾ ਸਤਨਾਮ ਸਿੰਘ, ਪੁੱਤਰ ਬਲਕਾਰ ਸਿੰਘ, ਵਾਸੀ ਸ਼ੇਰ ਮੁਹੰਮਦ ਆ। ਇਸ ਲੇਡੀ ਦੇ ਇੱਕ ਬਲਵਿੰਦਰ ਸਿੰਘ, ਪੁੱਤਰ ਗੁਰਦੇਵ ਸਿੰਘ, ਵਾਸੀ ਨੌ ਬਰਾਮ ਜਾਬਾ ਪਿੰਡ ਦੇ ਲੜਕੇ ਨਾਲ ਨਜਾਇਜ਼ ਸੰਬੰਧ ਸੀਗੇ। ਇਹ ਇਹਦਾ ਭਤੀਜਾ ਸਤਨਾਮ ਸਿੰਘ ਇਹਨੂੰ ਉਹਦੇ ਨਾਲ ਸੰਬੰਧ ਰੱਖਣ ਤੋਂ ਵਰਜਦਾ ਸੀਗਾ, ਜਿਸ ਕਰਕੇ ਇਹਨਾਂ ਦੋਵਾਂ ਨੇ ਪਲੈਨ ਬਣਾ ਕੇ ਅਤੇ ਇਹਨੂੰ ਲੜਕੀ ਨੇ ਜਿਹੜੀ ਇਹ ਲੇਡੀ ਹੈ ਕੈਲਾਸ਼ ਰਾਣੀ, ਇਹਨੂੰ ਉਹਨੇ ਸਬਜ਼ੀ ਦੇ ਵਿੱਚ ਕੋਈ ਜ਼ਹਿਰੀਲਾ ਪਦਾਰਥ ਪਾ ਕੇ ਦੇ ਦਿੱਤਾ, ਜਿਹੜਾ ਇਹਨੇ ਨਿਗਲ ਲਿਆ, ਜਿਹਦੇ ਕਰਕੇ ਉਹਦੀ ਤਬੀਅਤ ਖਰਾਬ ਹੋਈ ਅਤੇ ਸਿਵਲ ਹਸਪਤਾਲ ਜਲਾਲਾਬਾਦ ਜਾ ਕੇ ਉਹਦੇ ਬਿਆਨ ਕਲਮਬੰਦ ਕੀਤੇ ਗਏ ਆ। ਗ੍ਰਿਫਤਾਰ ਇਹਨੂੰ ਕੈਲਾਸ਼ ਰਾਣੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਬਲਵਿੰਦਰ ਸਿੰਘ ਅਜੇ ਫਰਾਰ ਹੈ, ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਨੂੰ ਕੈਲਾਸ਼ ਰਾਣੀ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਅਗਲੀ ਤਫਤੀਸ਼ ਅਮਲ ਦੇ ਵਿੱਚ ਲਿਆਂਦੀ ਜਾਏ। ਹਾਂਜੀ ਹਾਂਜੀ, ਗੱਲਬਾਤ ਚੱਲਦੀ ਸੀ, ਹੁਣ ਦੇਖਾਂ ਨੇ ਕੀਤਾ ਸਾਰਾ। ਤੁਹਾਨੂੰ ਪਛਤਾਵਾ ਹੈਗਾ ਇਸ ਕੰਮ ਕਰਨ? ਹੁਣ ਤਾਂ ਹੈਗਾ। ਹਾਂਜੀ ਹਾਂਜੀ, ਗੱਲਬਾਤ ਚੱਲਦੀ ਸੀ, ਹੁਣ ਦੇਖਾਂ ਨੇ ਕੀਤਾ ਸਾਰਾ। ਤੁਹਾਨੂੰ ਪਛਤਾਵਾ ਹੈਗਾ ਇਸ ਕੰਮ ਕਰਨ? ਹੁਣ ਤਾਂ ਹੈਗਾ। ਹਾਂਜੀ ਹਾਂਜੀ, ਗੱਲਬਾਤ ਚੱਲਦੀ ਸੀ, ਹੁਣ ਦੇਖਾਂ ਨੇ ਕੀਤਾ ਸਾਰਾ। ਤੁਹਾਨੂੰ ਪਛਤਾਵਾ ਹੈਗਾ ਇਸ ਕੰਮ ਕਰਨ? ਹੁਣ ਤਾਂ ਹੈਗਾ। ਜਿਸ ਦੇ ਆਧਾਰ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਪੀੜਤ ਨੌਜਵਾਨ ਸਤਨਾਮ ਸਿੰਘ ਦੇ ਬਿਆਨਾਂ ਤੇ ਔਰਤ ਸਣੇ ਉਸਦੇ ਆਸ਼ਿਕ ਖਿਲਾਫ ਮਾਮਲਾ ਦਰਜ ਕਰਕੇ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦਕਿ ਉਕਤ ਦਾ ਆਸ਼ਿਕ ਅਜੇ ਫਰਾਰ ਹੈ। ਬਿਊਰੋ ਰਿਪੋਰਟ, ਪੰਜਾਬੀ TV।